ਅਮਰੀਕਾ ਦੇ ਜਾਂਦੇ ਆ ਉੱਥੇ ਸ਼ਰਾਬ ਜਾਂਦੀ ਆ ਕਿੰਨੇ ਪੈਸੇ ਦਿੱਤੇ ਜੀ ਤੁਸੀਂ ਮੈਂ 15,000 ਰੁਪਏ ਦੇ ਕੇ ਸ਼ਰਾਬ ਪੀ ਕੇ ਆਇਆ ਵਾਂ ਜੇਲ੍ਹ ਵਾਲੇ ਕਹਿੰਦੇ ਇਹਨਾਂ ਦਾ ਟੈਸਟ ਕਰੋ 15,000 ਦੇਣਾ ਮਹਿੰਗਾ ਪੈ ਗਿਆ ਟੈਸਟ ਦੇਣਾ ਮਹਿੰਗਾ ਪੈ ਗਿਆ ਗਲੋਚੀ ਹੋਇਆ ਮੁਲਾਜ਼ਮ ਦੇ ਨਾਲ ਕੀ ਗੱਲਬਾਤ ਹੋਈ ਹੈ ਤੁਹਾਨੂੰ ਮੁਲਾਜ਼ਮ ਦਾ ਪਰ ਚਲੋ ਨਾਮ ਨਹੀਂ ਲੈਂਦੇ ਜੀ ਕਿਸੇ ਦਾ ਵੀ ਕਹੂੰਗੀ ਉਹ ਵੀ ਚਲੋ ਸਾਰੇ ਯੰਗ ਮੈਨ ਲੱਗੇ ਹੋਏ ਨੇ ਜੀ 15,000 ਰੁਪਏ ਦੇ ਕੇ ਮੈਂ ਸ਼ਰਾਬ ਪੀ ਕੇ ਉੱਥੋਂ ਸਾਰਾ ਕੁਛ ਕਰਕੇ ਆਇਆ ਕਾਹੀ ਲਕੰਡਾ ਨਾਮ ਆ ਮੇਰਾ ਜੀ ਕਿਹੜੇ ਕੇਸ ਚ ਆਏ ਸੀ ਤੁਸੀਂ ਮੈਡੀਕਲ ਕਰਾਉਣਾ ਸੀ ਕਿਹੜੀ ਮੇਰੇ ਜੀ 8-9 ਉਪਰ ਤੇ ਚੱਲਦੇ ਆ ਮੇਰੇ ਤੇ ਜੀ ਅੱਛਾ ਸਾਹਿਲ ਕੰਡਾ ਨਾਮ ਆ ਮੇਰਾ ਹੈਬੋਵਾਲ ਦਾ ਮੈਂ ਡੀਐਨਸੀ ਹਸਪੀਟਲ ਦਾ ਕਿਸੇ ਜ਼ਿਲ੍ਹੇ ਵਾਲੀ ਗਾਰਡ ਨੇ ਲਈ ਹੈ ਕਿ ਉਹਨਾਂ ਨੇ ਲਈ ਨਾ ਨਾ ਜੀ ਜਿਹੜੀ ਜੇਲ੍ਹ ਉੱਥੇ ਪੇਸ਼ ਕਰਾਉਣ ਕਚਹਿਰੀਆਂ ਲੈ ਕੇ ਜਾਂਦੀ ਆ ਜੀ ਉਹ ਲੈ ਕੇ ਗਏ ਸੀ ਕਚਹਿਰੀ ਚ 15,000 ਲਿਆ ਤੁਹਾਡੇ ਕੋਲ ਹਾਂ 15-20,000 ਰੁਪਏ ਮੈਂ ਰੋਜ਼ ਹਰ ਪੇਸ਼ੀਆਂ ਦੇ ਵੰਡ ਕੇ ਆਨੇ 8-9 ਪਰਚੇ ਮੇਰੇ ਤੇ ਅੱਛਾ 15,000 ਵੰਡ ਕੇ ਦਾਰੂ ਪੀ ਕੇ ਆਨੇ ਉੱਥੇ ਅੱਜ ਮਾੜਾ ਮੋਟਾ ਜੇਲ੍ਹ ਵਾਲਿਆਂ ਨੂੰ ਮਾੜਾ ਮੋਟਾ ਪਤਾ ਲੱਗ ਗਿਆ ਜੀ ਸ਼ਰਾਬ ਸ਼ੁਰੂ ਪੀਤੀ ਹੋਈ ਹੈ ਹਾਂਜੀ ਹਾਂਜੀ ਤੇ ਉਹ ਚੱਕਰ ਦੇ ਵਿੱਚ ਮੈਨੂੰ ਲੈ ਕੇ 1 ਮਿੰਟ ਓਏ ਤਕਾਣਾ ਪਰ ਮੇਰੇ ਨਾਲ ਤਕਾਣਾ ਪਰ ਮੇਰੇ ਨਾਲ ਹਾਂ ਆ ਚੱਕਰ ਆ ਠੀਕ ਹੈ ਜੀ ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰੱਖਿਆ ਦੇ ਵਿੱਚ ਰਹਿੰਦੀਆਂ ਨੇ ਚਾਹੇ ਤਾਂ ਜੇਲ੍ਹ ਦੇ ਅੰਦਰੋਂ ਗੈਂਗਸਟਰਾਂ ਦੀ ਵੀਡੀਓ ਵਾਇਰਲ ਹੋਣ ਦੀ ਹੋਵੇ ਜਾਂ ਫਿਰ ਅੰਦਰੋਂ ਨਸ਼ਾ ਫੜਨ ਦੀ ਪੁਲਿਸ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਚਲਾਈ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਹੁਣ ਦੇ ਮਾਮਲੇ ਦੀ ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਕਿ ਪੇਸ਼ੀ ਤੇ ਲਿਆਂਦੇ ਵਿਚਾਰਧੀਨ ਕੈਦੀਆਂ ਨੂੰ ਜਦੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਮੈਡੀਕਲ ਦੇ ਲਈ ਲੈ ਕੇ ਆਏ ਤਾਂ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਪਾਏ ਗਏ ਹਾਲਾਂਕਿ ਇਸ ਦੌਰਾਨ ਇੱਕ ਕੈਦੀ ਦੇ ਵੱਲੋਂ ਕੈਮਰੇ ਦੇ ਸਾਹਮਣੇ ਆ ਕੇ ਵੱਡੇ ਭੇਦ ਖੋਲੇ ਗਏ ਨੇ ਉਸਦਾ ਕਹਿਣਾ ਕਿ ਉਸਨੇ 15,000 ਰੁਪਏ ਦੇ ਕੇ ਸ਼ਰਾਬ ਪੀਤੀ ਹੈ ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਜੇਲ੍ਹ ਪੁਲਿਸ ਜੋ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਕੈਦੀ ਨੇ ਖੁਦ ਮੀਡੀਆ ਦੇ ਕੈਮਰੇ ਸਾਹਮਣੇ ਵੱਡੇ ਰਾਸ ਖੋਲੇ ਨੇ ਸਰ ਥੋੜਾ ਬਰੀਫ ਕਰੋਗੇ ਜੀ 9 ਜੂਨ ਤੁਹਾਡੇ ਸਾਹਮਣੇ ਕਹਿ ਰਹੇ ਹਾਂ 15,000 ਰੁਪਏ ਦੇ ਕੇ ਪੇਸ਼ੀ ਤਾਂ ਕਿਹਾ ਸੀ ਉੱਥੇ ਦਾਰੂ ਪੀਤੀ ਹੈ ਸਰ ਕੀ ਕਹਿਣਾ ਚਾਹੋਗੇ ਡਿਸਟ੍ਰਿਕਟ ਪੁਲਿਸ ਨੂੰ ਤੁਸੀਂ ਆਏ ਹੋ ਨਾ ਆਪਾਂ ਦਾ ਡਰਾਈਵਰ ਆ ਹੁੰਦਾ ਜੋ ਡਰਾਈਵਰ ਨੂੰ ਗਾਲਾਂ ਤੁਹਾਡੇ ਸਾਹਮਣੇ ਮਲਾਇਆ ਅੰਨੇ 5-7 ਮੁਲਾਇਮ ਖੜੇ ਤੇ ਨੌਜਵਾਨ ਜਿਹੜਾ ਗਾਲਾਂ ਕੱਢ ਰਿਹਾ ਸਿੱਧਾ ਸ਼ਰੇਆਮ ਕਹਿ ਰਿਹਾ ਹੈ